ਗੁਰਦੁਆਰਾ ਸਾਹਿਬ ਟਾਇਰਾ ਬੂਨਾ ਜੋਬਾ ਸੁੱਟੀ ਦੀ ਜਿਹੜੀ ਆ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਸਾਡੇ ਨਾਲ ਹੁਣ ਸਾਧ ਸੰਗਤ ਸਲੇਟ ਜਿਹੜੀ ਹੈ ਉਹਦੀ ਮੈਂਬਰ ਜੁੜੇ ਨੇ ਤਜਿੰਦਰ ਸਿੰਘ ਦੁਸਾਂਝ ਨਾਲ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਅਤੇ ਦੁਸਾਂਝ ਸਾਹਿਬ ਸਾਧ ਸੰਗਤ ਸਲੇਟ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਮੀਟਿੰਗ ਰੱਖੀ ਹੈ ਬਹੁਤ ਭਰਮੀ ਮੀਟਿੰਗ ਇੱਥੇ ਰੱਖੀ ਹੈ ਇਹ ਇਹਦਾ ਕੀ ਏਜੰਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜਸ ਟੀ ਵੀ ਵਾਲੇ ਵੀਰਾਂ ਦਾ ਜਦੋਂ ਵੀ ਕਦੇ ਜੁਬਾ ਸਿਟੀ ਕਦੇ ਵੀ ਗੁਰੂ ਘਰ ਪ੍ਰੋਗਰਾਮ ਹੁੰਦਾ ਇਹ ਸਾਡਾ ਸਾਥ ਦਿੰਦੇ ਆ ਇਹਨਾਂ ਨੂੰ ਜੀ ਆਇਆਂ ਨੂੰ ਇਹਨਾਂ ਦਾ ਬਹੁਤ ਹੀ ਧੰਨਵਾਦ ਅਸੀਂ ਸਾਧ ਸੰਗਤ ਸਲੇਟ ਵੱਲੋਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਪੌਣੇ 5 ਸਾਲ ਬਾਅਦ ਕੋਵਿਡ ਕਰਕੇ ਜੋ ਇਲੈਕਸ਼ਨ ਥੋੜ੍ਹਾ ਚਿਰ ਲੇਟ ਹੋਈ ਆ ਹੁਣ ਜਾ ਰਹੀ ਆ 15 ਅਤੇ 16 ਮਈ ਨੂੰ ਜਿਸ ਦੇ ਵਿੱਚ ਜਿਹੜੀ ਇਲੈਕਸ਼ਨ ਆ ਕੋਰਟ ਦੀ ਸੁਪਰਵੀਜ਼ਨ ਥੱਲੇ ਹੋਣੀ ਆ ਇਹ ਦੋਵੇਂ ਦਿਨ 9 ਵਜੇ ਤੋਂ ਲੈ ਕੇ ਰਾਤ ਦੇ 7 ਵਜੇ ਤਾਈਂ ਵੋਟਾਂ ਪੈਣੀਆਂ ਹਰ ਤਰ੍ਹਾਂ ਦਾ ਪ੍ਰਬੰਧ ਆ ਹਰ ਇੱਕ ਦੀ ਸੇਫਟੀ ਦਾ ਪ੍ਰਬੰਧ ਹੈ ਜਿੰਨੇ ਵੀ ਮੇਰੇ ਵੀਰ ਵੋਟ ਪਾਉਣ ਆਉਣਗੇ ਹਰ ਤਰ੍ਹਾਂ ਉਹਨਾਂ ਦੀ ਸੇਫਟੀ ਆ ਕੋਵਿਡ ਤੋਂ ਵੀ ਹਰ ਤਰ੍ਹਾਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਸਾਧ ਸੰਗਤ ਸਲੇਟ ਨੂੰ ਵੋਟ ਪਾਈਏ ਤਾਂ ਕਿ ਇਹ ਗੁਰੂ ਘਰ ਵਿੱਚ ਜੋ ਸੰਗਤ ਦੇ ਬਣਦੇ ਹੱਕ ਆ ਉਹਨਾਂ ਨੂੰ ਬਹਾਲ ਕਰ ਸਕਣ ਸਾਡੇ ਕਾਫੀ ਏਜੰਡੇ ਆ ਜੋ ਤਕਰੀਬਨ ਮੈਂਬਰਾਂ ਦੇ ਘਰਾਂ ਵਿੱਚ ਕਮਿਊਨਿਟੀ ਦੇ ਘਰਾਂ ਵਿੱਚ ਪਹੁੰਚ ਚੁੱਕੇ ਆ ਉਹਨਾਂ ਨੂੰ ਪੜ੍ਹੋ ਉਹਨਾਂ ਨੂੰ ਪੜ੍ਹ ਕੇ ਜੇ ਤੁਹਾਨੂੰ ਕੋਈ ਕੁਐਸਚਨ ਆ ਸਾਡੇ ਨਾਲ ਪਰਸਨਲੀ ਤੌਰ 'ਤੇ ਗੱਲ ਕਰੋ ਫੋਨ 'ਤੇ ਗੱਲ ਕਰੋ ਜੇ ਤੁਸੀਂ ਚਾਹੁੰਦੇ ਆ ਆਪਾਂ ਸਮਾਲ ਕੋਈ ਮੀਟਿੰਗ ਰੱਖੀਏ ਡਿਸਕਸ਼ਨ ਕਰੀਏ ਉਹਲੇ ਵੀ ਲੇਕਿਨ ਅੱਜ ਇੱਥੇ ਬਹੁਤ ਵੱਡਾ ਭਾਰੀ ਇਕੱਠ ਹੋ ਰਿਹਾ ਉਹਦੇ ਵਿੱਚ ਕਾਫੀ ਸਵਾਲ ਜਵਾਬ ਵੀ ਹੋਣੇ ਆ ਅਸੀਂ ਸੰਗਤ ਨੂੰ ਸੂਚਨਾ ਵੀ ਦੇ ਚੁੱਕੇ ਹਾਂ ਟੈਕਸ ਵੀ ਕਰ ਚੁੱਕੇ ਹਾਂ ਜਿਹੜੇ ਵੀ ਮਾਈ ਭਾਈ ਇੱਥੇ ਆਊਗੇ ਹਰ ਤਰ੍ਹਾਂ ਦੇ ਨਾਲ ਕੁਐਸਚਨ ਆਨਸਰ ਉਹ ਸੰਗਤ ਵਿੱਚ ਬੋਲੂਗੇ ਵੀ ਅਤੇ ਆਪਣੇ ਕੁਐਸਚਨ ਆਨਸਰ ਵੀ ਕਰੂਗੇ ਜੀ ਇੱਕ ਤਾਂ ਤੁਸੀਂ ਬੜੇ ਲੰਬੇ ਸਮੇਂ ਤੋਂ ਬਹੁਤ ਸਾਰੇ ਕੰਮ ਗੁਰੂ ਘਰ ਦੇ ਵਿੱਚ ਤੁਹਾਡੀ ਦੇਖ ਰੇਖ ਹੋਏ ਨੇ ਪਹਿਲਾਂ ਬਹੁਤ ਵੱਡੇ ਵੱਡੇ ਕੰਮ ਜਿਹੜੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਯੂਨੀਵਰਸਿਟੀ ਦਾ ਗੁਰੂ ਘਰ ਅਤੇ ਜਿਹੜੇ ਤੁਸੀਂ ਏਜੰਡਿਆਂ ਦੀ ਗੱਲ ਕੀਤੀ ਆ ਤੁਸੀਂ ਵੀ ਜ਼ਰੂਰ ਇੱਕ ਵਾਰੀ ਸਾਡੀ ਜਿਹੜੀ ਘਰਾਂ ਵਿੱਚ ਬੈਠੀ ਸੰਗਤ ਆ ਉਹਨਾਂ ਨੂੰ ਦੱਸ ਦਿਓ ਵੀ ਇਹ ਹੈ ਕੰਮ ਜਿਹੜੇ ਤੁਸੀਂ ਕੀਤੇ ਆ ਅਤੇ ਇਹ ਰਹਿ ਗਏ ਨੇ ਜਿਹੜੇ ਤੁਸੀਂ ਆਉਣ ਵਾਲੇ ਸਮੇਂ 'ਚ ਕਰੋਗੇ ਮੈਂ ਸਮਝਦਾ ਬਹੁਤ ਸਾਰੇ ਕੰਮ ਪਿਛਲੇ 4-5 ਸਾਲਾਂ 'ਚ ਹੋਣੇ ਸੀ ਕਾਫੀ ਕੰਮ ਹੋਏ ਵੀ ਆ ਲੇਕਿਨ ਕਮੇਟੀ ਦੇ ਵਿੱਚ ਥੋੜ੍ਹੀ ਬਹੁਤੀ ਦੁਬਧਾ ਰਹੀ ਆ ਇਸ ਕਰਕੇ ਕਈ ਕੰਮ ਨੇਪਲੇ ਨਹੀਂ ਚੜ੍ਹੇ ਪਰ ਅੱਜ ਜੋ ਸਾਡੀ ਸਾਧ ਸੰਗਤ ਸਲੇਟ ਆ ਜਿਹੜੇ 31 ਮਤਲਬ ਡਾਇਰੈਕਟਰ ਲਈ ਜਿਹੜੇ ਉਮੀਦਵਾਰ ਖੜ੍ਹੇ ਆ ਇਹਨਾਂ ਦੀ ਇੱਕ ਰਾਏ ਆ ਇਹਨਾਂ ਦੀ ਇੱਕ ਸੋਚ ਆ ਜੇ ਸੰਗਤ ਇਸ ਵਾਰੀ ਇਹਨਾਂ ਨੂੰ ਮੌਕਾ ਦੇਊਗੀ ਸਭ ਤੋਂ ਵੱਡਾ ਜਿਹੜਾ ਕੰਮ ਕਰਨ ਵਾਲਾ ਗੁਰੂ ਘਰ ਦੇ ਵਿੱਚ ਆ ਸਾਰੀ ਬਿਲਡਿੰਗ ਦੀ ਰੈਨੋਵੇਸ਼ਨ ਸਾਰੀ ਬਿਲਡਿੰਗ ਨੂੰ ਰੀਮਾਡਲ ਕਰਨਾ ਸਭ ਤੋਂ ਵੱਡਾ ਏਜੰਡਾ ਜੇ ਇਹ ਏਜੰਡਾ ਅਸੀਂ ਪੂਰਾ ਕਰਦੇ ਹਾਂ ਉਹਦੇ ਨਾਲ ਹੀ ਬਹੁਤ ਸਾਰੇ ਸਾਡੇ ਹੋਰ ਏਜੰਡੇ ਆ ਜਿਹਦੇ ਵਿੱਚ ਧਾਰਮਿਕ ਕੈਂਪ ਲਾਉਣੇ ਯੰਗ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜਨਾ ਗੁਰੂ ਘਰ ਦੇ ਵਿੱਚ ਜਿਹੜਾ ਪੰਜਾਬੀ ਸਕੂਲ ਆ ਉਹਨੂੰ ਮੁੜ ਫੇਰ ਬਹਾਲ ਕਰਕੇ ਵਧੀਆ ਤਰੀਕੇ ਨਾਲ ਉਹਨੂੰ ਚਲਾਉਣਾ ਮੇਨ ਮੁੱਦਾ ਅੱਜ ਸਾਡਾ ਜਿਹੜਾ ਯੰਗ ਬਲੱਡ ਆ ਬਿਲਕੁਲ ਸਿਰਫ ਜੁਬਾ ਸਿਟੀ ਨਹੀਂ ਬਾਹਰ ਵੀ ਗੁਰੂ ਘਰਾਂ ਤੋਂ ਦੂਰ ਜਾ ਰਿਹਾ ਉਹਨੂੰ ਕਿੱਦਾਂ ਮੁੜ ਲਿਆਉਣਾ ਉਹਨਾਂ ਦੀ ਨੁਮਾਇੰਦਗੀ ਕਿੱਦਾਂ ਕਰਨੀ ਆ ਇਹ ਸਾਡੀ ਮੇਨ ਏਜੰਡੇ ਦੇ ਵਿੱਚ ਸੋਚ ਆ ਤਾਂ ਕਿ ਸਾਡੇ ਨੌਜਵਾਨ ਜੋ ਅੱਜ ਇਹ ਕਿਹਾ ਜਾਂਦਾ ਉਹੀ ਬੰਦੇ ਵਾਰ ਵਾਰ ਖੜੀ ਜਾਂਦੇ ਉਹੀ ਬੰਦੇ ਵਾਰ ਵਾਰ ਗੁਰੂ ਘਰਾਂ ਦੇ ਪ੍ਰਬੰਧ ਨੂੰ ਚਾਹੁੰਦੇ ਆ ਨੌਜਵਾਨਾਂ ਨੂੰ ਕਿਉਂ ਨਹੀਂ ਅੱਗੇ ਲਿਆਂਦਾ ਜਾਂਦਾ ਸਾਡਾ ਇਹ ਮੇਨ ਏਜੰਡਾ ਵੀ ਬੱਚਿਆਂ ਨੂੰ ਮੂਹਰੇ ਲਿਆਈਏ ਉਹ ਇਸ ਚੀਜ਼ ਨੂੰ ਟੇਕ ਓਵਰ ਕਰਨ ਜੀ ਅਤੇ ਬਾਕੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਸਾਡੇ ਵੱਲੋਂ ਸਾਰਿਆਂ ਵੱਲੋਂ ਅਤੇ ਸਾਰੀ ਜਿਹੜੀ ਵੀ ਕਮੇਟੀ ਹੈਗੀ ਆ ਤੁਸੀਂ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤੇ ਆ ਅਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਕੰਮ ਕਰੋਗੇ ਮਿਹਰਬਾਨੀ ਬਹੁਤ ਤੁਹਾਡਾ ਧੰਨਵਾਦ ਜੀ ਇੱਕ ਵਾਰ ਫਿਰ ਸੁਣ ਰਹੇ ਸਰੋਤਿਆਂ ਦਾ ਜਸ ਟੀ ਵੀ ਦਾ ਬਹੁਤ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਸਲੇਟ ਜਿਹੜੀ ਆ ਉਹਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਜਿਹੜਾ ਦੱਸਿਆ ਜਾ ਰਿਹਾ ਸਾਰਾ ਯੂਨੀਵਰਸਿਟੀ 'ਚ ਚੈਨ ਸਿੰਘ ਖੇੜਾ ਜੀ ਸਾਡੇ ਨਾਲ ਮੌਜੂਦ ਨੇ ਕੀ ਕਹਿੰਦੇ ਨੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਇਸ ਵੇਲੇ ਗੁਰਦੁਆਰੇ ਦਾ ਸੁਧਾਰ ਜ਼ਰੂਰੀ ਆ ਕਿਉਂਕਿ 40 ਸਾਲ ਹੋ ਗਏ ਆ
70 ਦੀ ਬਿਲਡਿੰਗ ਬਣੀ ਹੋ ਉੱਥੇ ਉੱਤੇ ਖੜੀ ਆ ਤੇ ਇਸ ਕਰਕੇ ਦਾਸ ਨੂੰ ਸੇਵਾ ਮੋਹਰੇ ਮਿਲੀ ਸੀ ਬਿਲਡਿੰਗ ਬਣਾਉਣ ਦੀ ਮੁੜ ਕੇ ਬਹੁਤ ਬੰਦੇ ਬਦਲੇ ਆ ਗੱਲਾਂ ਜ਼ਿਆਦਾ ਕਰਦੇ ਆ ਕੰਮ ਕੁਛ ਨਹੀਂ ਸਭ ਸਰਬ ਥਿਆੜਾ ਜਿਹੜਾ ਆ ਸਾਥਾਂ ਦਾ ਮੋਹਰੀ ਆ ਆਸ ਆ ਜੇ ਇਹਨੂੰ ਵੋਟਾਂ ਪਾਉਂਗੇ ਇਹ ਚੰਗਾ ਕੰਮ ਕਰੂਗਾ ਕਿਉਂ ਇਹਨੂੰ ਚਾਂਸ ਦਿਓ ਪੂਰੀ ਕਿਉਂ ਇਹ ਪੈਸੇ ਵੀ ਖਰਚ ਸਕਦਾ ਅਤੇ ਇਸ ਕਰਕੇ ਇਹਦੇ ਨਾਲ ਬੰਦੇ ਹੋਰ ਵੀ ਲਾਓ ਜਿਹੜੇ ਖਰਚ ਵੀ ਕਰਦੇ ਆ ਹੁਣ ਸਰਬਜੀਤ ਕੋਲੋਂ ਵੀ ਦੇ ਸਕਦਾ ਆਪਣੇ ਹਾਣੀਆਂ ਨੂੰ ਵੀ ਕਹਿ ਸਕਦਾ ਦਿਓ ਇਸ ਕਰਕੇ ਜੇ ਤਾਂ ਤੁਸੀਂ ਗੁਰੂ ਘਰ ਦਾ ਸੁਧਾਰ ਕਰਨਾ ਤਾਂ ਸਾਹ ਬੰਦੇ ਨੂੰ ਦੇਖ ਕੇ ਵੋਟ ਪਾਓ ਇਹ ਨਾ ਕੋਈ ਕੀੜਾ ਗਲਿਆ ਕੀੜਾ ਫਰੂਟ ਵਿੱਚ ਵੜ ਜਾਏ ਉਹ ਸਾਰੇ ਫਰੂਟ ਨੂੰ ਗਾਲ ਦਿੰਦਾ ਇਸ ਕਰਕੇ ਇਸ ਕੀੜਿਆਂ ਤੋਂ ਬਚੋ ਅਤੇ ਮਤਲਬ ਮੁਲਕ ਦਾ ਸੁਧਾਰ ਕਰੋ ਅਤੇ ਮਤਲਬ ਸਰਬ ਥਿਆੜਾ ਬਹੁਤ ਮਿਹਨਤੀ ਬੰਦਾ ਆ ਇਹਨੇ ਬਹੁਤ ਕੁਛ ਬਣਾਇਆ ਸਾਰਿਆਂ ਲਈ ਇਸ ਕਰਕੇ ਆਸ ਮੈਨੂੰ ਇੱਥੇ ਹੈਗੀ ਆ ਜੇ ਅੱਜ ਕੱਲ੍ਹ ਹੱਕਣ ਵਾਲਾ ਮੋਹਰੇ ਪ੍ਰੈਜੀਡੈਂਟ ਚੰਗਾ ਹੋਵੇ ਸੰਗਤ ਬਾਕੀ ਛਾਲਾਂ ਮਾਰਦੀ ਤੁਰਦੀ ਆ ਜੇ ਪ੍ਰੈਜੀਡੈਂਟ ਮਾੜਾ ਹੋਵੇ ਤਾਂ ਉੱਥੇ ਕੁਛ ਨਹੀਂ ਹਰੇਕ ਨੂੰ ਕਹਿ ਕੇ ਇਹ ਕੰਮ ਕਰਾ ਸਕਦਾ ਇਹਨੂੰ ਮੌਕਾ ਦਿਓ ਪੂਰਾ ਅਤੇ ਇਸ ਕਰਕੇ ਜੇ ਗੁਰਦੁਆਰਾ ਸੁਧਾਰ ਕਰਨਾ ਜੇ ਤੁਸੀਂ ਲੜੀ ਜਾਣਾ ਅੱਗੇ ਵੀ ਲੜੀ ਜਾਂਦੇ ਹਾਂ ਹੁਣ ਸਾਡੀ ਤਾਂ ਉਮਰ ਖਤਮ ਹੋਈ ਹੋ ਆ ਕਦੇ 5-4 ਸਾਲ ਜੀਣਾ ਅਸੀਂ ਚਾਹੁੰਦੇ ਹਾਂ ਗੁਰਦੁਆਰਾ ਸੁਧਾਰ ਹੋ ਜਾਏ ਅਤੇ ਇਸ ਕਰਕੇ ਜਿੱਦਾਂ ਅੱਗੇ ਉਹ ਜਿਹੜੀ ਪਾਰਕ ਬਣਾਈ ਆ ਬੀਬੀ ਨਾਨਕੀ ਦੀ ਕਿ ਸੱਜਣ ਨੇ ਮਾਤਾ ਗੁਜਰੀ ਚਲੋ ਅਤੇ ਉਹ ਵੀ ਮੁੜ ਕੇ ਉਸੇ ਥਾਂ ਲਾਈ ਜਾਂਦੇ ਤੁਸੀਂ ਗੁਰਦੁਆਰੇ ਦੀ ਕੋਈ ਨਾ ਕੋਈ ਚੀਜ਼ ਬਣ ਜਾਏ ਸਾਡੇ ਨਾਮ ਮਗਰੋਂ ਸਗਰਾਂ ਮਟਵਾਏ ਜਿਹੜੇ ਵੈਸਟਰਨ ਸਗਰ ਮਟਿਆ ਉਹਨੇ ਗੁਰਦੁਆਰਾ ਸਾਡੇ ਤੋਂ ਮਗਰੋਂ ਸ਼ੁਰੂ ਕਰਕੇ ਬੜੀ ਸ਼ਾਨਦਾਰ ਬਿਲਡਿੰਗ ਬਣਾਈ ਆ ਸਕੂਲ ਵੀ ਚੱਲਦਾ ਇੱਥੇ ਵੀ ਸਕੂਲ ਚੱਲਿਆ ਤਾਂ ਕੰਟਰੋਲ ਕਰਨ ਵਾਲੇ ਮਾੜੇ ਸੀ ਇਸ ਕਰਕੇ ਹੁਣ ਗਾਹਾਂ ਹਾਲੇ ਕੁਛ ਨਹੀਂ ਵਿਗੜਿਆ ਟੁੱਲੇ ਲੋਕਾਂ ਪਾ ਪੈਸਾ ਬਹੁਤ ਆ ਲੈਣ ਵਾਲਾ ਮੋਹਰੇ ਹੈ ਨਹੀਂ ਮਿਹਰਬਾਨੀ ਜੀ ਬਹੁਤ ਗੁਰਦੁਆਰਾ ਸਾਹਿਬ ਟਾਇਰਾ ਬੂਨਾ ਯੂਬਾ ਸਿਟੀ ਦੀ ਜਦੋਂ ਵੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਨਾਮ ਦਿਮਾਗ ਦੇ ਵਿੱਚ ਆਉਂਦਾ ਉਹ ਹੈ ਸਰਦਾਰ ਦੀਦਾਰ ਸਿੰਘ ਬੈਂਸ ਦੀਦਾਰ ਸਿੰਘ ਜੀ ਬੈਂਸ ਸਾਹਿਬ ਜਿਨ੍ਹਾਂ ਨੇ ਗੁਰੂ ਘਰ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਨਗਰ ਕੀਰਤਨ ਦੀ ਅਗਰ ਗੱਲ ਕਰੀਏ ਜੋ ਅੱਜ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਉਹ ਵੀ ਸ਼ੁਰੂਆਤ ਕਰਨ ਵਾਲੇ ਸਰਦਾਰ ਦੀਦਾਰ ਸਿੰਘ ਬੈਂਸ ਨੇ ਮੇਰੇ ਨਾਲ ਹੁਣ ਉਹਨਾਂ ਦੇ ਭਰਾ ਸਰਦਾਰ ਵੱਡੇ ਭਰਾ ਉਹਨਾਂ ਦੇ ਬੈਂਸ ਸਾਹਿਬ ਦੇ ਸਰਦਾਰ ਦਿਲਬਾਗ ਸਿੰਘ ਜੀ ਬੈਂਸ ਸਾਹਿਬ ਜੁੜੇ ਨੇ ਸਾਧ ਸੰਗਤ ਸਲੇਟ ਵਾਸਤੇ ਕੀ ਬੇਨਤੀ ਕਰਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਸਾਧ ਸੰਗਤ ਸਲੇਟ ਦੇ ਨਾਲ ਲੋਕ ਕਿਉਂ ਜੁੜਨ ਕਿਉਂ ਦੁਬਾਰਾ ਚੁਣਨੇ ਜੀ ਕੀ ਖਾਸੀਅਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਲੇਟ ਦੇ ਨਾਲ ਇਸ ਕਰਕੇ ਜੁੜਨਾ ਤੁਹਾਡੇ ਮੂਹਰੇ ਬੇਨਤੀ ਕਰਦੇ ਹਾਂ ਜੋ ਕਿ ਇਹ ਗੁਰਦੁਆਰਾ ਟਰਬੀਆਣੇ ਦੀ ਇਲੈਕਸ਼ਨ ਆ ਰਹੀ ਹੈ 15-16 ਤਰੀਕ ਨੂੰ ਜਿਹਦੇ ਵਿੱਚ ਪਿੱਛੇ ਤੋਂ ਲਾ ਕੇ ਸਾਧ ਸੰਗਤ ਜਿਹੜੀ ਸਲੇਟ ਹੈਗੀ ਆ ਇਹਨਾਂ ਨੇ ਪ੍ਰਾਪਤੀਆਂ ਕਾਫੀ ਕੀਤੀਆਂ ਜਿਹਦੇ ਵਿੱਚ ਇਹਦੇ ਵਿੱਚ ਸਰਬਜੀਤ ਥਿਆੜਾ ਇਸ ਵੇਲੇ ਅੱਗੇ ਆ ਬੈਂਸ ਪਰਿਵਾਰ ਦੇ ਨਾਲ ਰਿਹਾ ਪਹਿਲਾਂ ਤੋਂ ਲਾ ਕੇ ਅੱਗੇ ਵੀ ਕਾਫੀ ਕੰਮ ਕੀਤੇ ਨੇ ਹੁਣ ਵੀ ਕਰਨਗੇ ਜਿਹਦੇ ਵਿੱਚ ਸਾਧ ਸੰਗਤ ਦੀ ਜਿਹੜੀ ਸਲੇਟ ਆ ਅਸੀਂ ਇਹਦੇ ਵਿੱਚ ਕਈ ਕੰਮ ਕਰਨ ਵਾਲੇ ਹੈਗੇ ਆ ਜੋ ਕਿ ਆਪਣੇ ਦਾਗ ਦੇਣ ਵਾਸਤੇ ਬੜੇ ਸਾਨੂੰ ਔਖਿਆਈ ਹੁੰਦੀ ਆ ਟਾਊਨ ਦੇ ਵਿੱਚ ਜਾ ਕੇ ਉੱਥੇ ਜਾ ਕੇ ਕਾਰਾਂ ਲਾਉਣੀਆਂ ਬੜਾ ਔਖਾ ਹੈਗਾ ਸਾਡੇ ਕੋਲ ਥੈਂ ਹੈਗਾ ਅਸੀਂ ਉਹ ਬਣਾਵਾਂਗੇ ਹਾਂਜੀ ਅਤੇ ਇੱਥੇ ਬਣਾਵਾਂਗੇ ਅਤੇ ਬੱਚਿਆਂ ਦੇ ਵਾਸਤੇ ਸਕੂਲ ਬਣਾਵਾਂਗੇ ਖੇਡਾਂ ਵਾਸਤੇ ਸਾਰੇ ਇੱਕ ਪ੍ਰੋਗਰਾਮ ਬਣਾਵਾਂਗੇ ਜੋ ਗੁਰਦੁਆਰਾ ਦੀ ਹਾਲਤ ਇਸ ਵੇਲੇ ਢਿੱਲੀ ਹੈ ਉਹਨੂੰ ਮੇਨਟੇਨ ਕਰਾਂਗੇ ਸਾਰੀ ਮੇਨਟੇਨ ਕਰਾਂਗੇ ਜਿਹਦੇ ਵਿੱਚ ਅੱਗੇ ਕਾਫੀ ਖਰਾਬਾ ਉੱਥੇ ਹੋ ਚੁੱਕਾ ਹੈਗਾ ਅਸੀਂ ਉਹਨੂੰ ਸਾਰਾ ਜਿੰਨੀ ਵੀ ਬਿਲਡਿੰਗਾਂ ਆ ਸਾਰੀਆਂ ਬਣਾਵਾਂਗੇ ਸਾਧ ਸੰਗਤ ਦੀ ਸਲੇਟ ਬਣਾਓ ਸੋ ਤੁਹਾਨੂੰ ਸਾਰਿਆਂ ਨੂੰ ਯਕੀਨ ਹੋਣਾ ਚਾਹੀਦਾ ਅੱਗੇ ਵੀ ਸਾਧ ਸੰਗਤ ਸਲੇਟ ਕੰਮ ਕਰਦੀ ਆਈ ਹੈ ਉਹਨਾਂ ਦਾ ਜਿਹੜਾ ਵੀ ਕਿਸੇ ਦਾ ਵੀ ਹੈਗਾ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਇਹਦੇ ਵਿੱਚ ਸਾਰੀ ਜਿੰਨੀ ਯੂਬਾ ਸਿਟੀ ਦੀ ਸੰਗਤ ਆ ਬਾਹਰਲੀ ਸੰਗਤ ਜਿਹੜੀ ਅਸੀਂ ਨਹੀਂ ਚਾਹੁੰਦੇ ਆ ਕਿ ਸਾਡੇ ਵਿੱਚ ਖਲੜ ਪਾਵੇ ਇੱਥੇ ਦੀ ਜਿਹੜੀ ਸੰਗਤ ਹੈਗੀ ਆ ਯੂਬਾ ਸਿਟੀ ਦੀ ਇਹ ਸਾਰੀ ਇਕੱਠੀ ਹੋ ਕੇ
ਟਰਬੀ ਵਾਲੇ ਗੁਰਦੁਆਰੇ ਦੇ ਵਿੱਚ ਜਿੱਦਾਂ ਅੱਗੇ ਸੇਵਾ ਕਰਦੀ ਸੀ ਇਸੇ ਤਰ੍ਹਾਂ ਸੇਵਾ ਕਰੇ। ਅਸੀਂ ਇਹਨਾਂ ਦੇ ਨਾਲ ਹੈ, ਮੋਹਰੇ ਹਾਂ ਇਹਨਾਂ ਦੇ, ਇਹਨਾਂ ਦੇ ਨਾਲ ਹੋ ਕੇ ਸਾਰਾ ਕੰਮ ਕਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ, ਤੁਸੀਂ ਸਾਡੀ ਗੁਰੂ ਘਰ ਦੀ ਸਲੇਟ ਜਿਹੜੀ ਆਪਾਂ ਬਣਾ ਰਹੇ ਹਾਂ ਸਾਧ ਸੰਗਤ ਉਹਨੂੰ ਸਾਰੇ ਸਪੋਰਟ ਕਰਨ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਅਸੀਂ ਵੀ ਆਪਣੇ ਦਿਲੋਂ ਇਹ ਕਹਿ ਰਹੇ ਹਾਂ ਵੀ ਜਿਹੜੀ ਵੀ ਚੀਜ਼ਾਂ ਦੇ ਉੱਤੇ ਗੱਲਾਂ ਦੇ ਉੱਤੇ ਆਪਾਂ ਵਿਚਾਰ ਕੀਤੇ ਦਾਸ ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਉਹ ਸਾਰੀਆਂ ਦੇ ਉੱਤੇ ਅਸੀਂ ਉਤਰਾਂਗੇ ਜੇ ਤੁਹਾਡਾ ਸਾਥ ਸਾਡੇ ਨਾਲ ਆ ਤਾਂ। ਬਾਕੀ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇਸ ਵੇਲੇ ਸਾਰੇ ਇਕੱਠੇ ਆ ਇਸ ਚੀਜ਼ ਨੂੰ ਲੈ ਕੇ। ਮੈਨੂੰ ਬਹੁਤ ਖੁਸ਼ੀ ਆ ਜਿਹੜੇ ਤੁਸੀਂ ਸਾਰੇ ਇੱਥੇ ਪਹੁੰਚੇ। ਹੁਣ ਮੈਂ ਆਪਣੇ ਕੁਲਵੰਤ ਸਿੰਘ ਜੌਲ ਅਤੇ ਸਰਬਜੀਤ ਜੌਲ ਦੋਏ ਆਏ ਆ ਇੱਥੇ ਆਪਣੇ ਕੋਲ, ਤਾਂ ਉਹਨਾਂ ਕੋਲ ਥੋੜ੍ਹਾ ਟਾਈਮ ਘੱਟ ਸੀਗਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਦੋਏ ਇਕੱਠੇ ਆ ਕੇ ਤੁਸੀਂ ਇੱਕ ਵਾਰੀ ਸੰਗਤ ਦੇ ਨਾਲ ਫਤਿਹ ਜ਼ਰੂਰ ਬੁਲਾ ਕੇ ਜਾਓ। ਤਾਂ ਉਹਨਾਂ ਦੇ ਘਰ ਪਾਰਟੀ ਸੀ, ਉਹਨਾਂ ਦਾ ਵੀ ਧੰਨਵਾਦ, ਉਹ ਪਹੁੰਚੇ ਆ ਸਾਡੇ ਕੋਲ ਇੱਥੇ। ਸੋ ਉਹ ਫਤਿਹ ਬੁਲਾਉਣ ਲਈ ਦੋਏ ਇਕੱਠੇ ਸਾਡੀ ਸਲੇਟ ਦੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਰਹੇ ਆ। ਸੋ ਕੁਲਵੰਤ ਸਰਬਜੀਤ ਜੌਲ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ, ਬਹੁਤ ਧੰਨਵਾਦ ਸਾਰਿਆਂ ਦਾ। ਅਤੇ ਇਹ ਜਿਹੜੀ ਸਾਧ ਸੰਗਤ ਦੀ ਸਲੇਟ ਆ ਇਹਨੂੰ ਆਪਾਂ ਜਿਤਾਉਣਾ ਜਿੰਨੀ ਵੀ ਕੋਸ਼ਿਸ਼ ਕਰ। ਹਾਂਜੀ, ਜਿੱਦਾਂ ਕੁਲਵੰਤ ਹੋਣਾ ਨੇ ਕਿਹਾ ਆਪਣੀ ਜਿਹੜੀ ਸਾਧ ਸੰਗਤ ਦੀ ਸਲੇਟ ਆ, ਦੇਖੋ ਇਹਦੇ ਵਿੱਚ ਸਾਰੇ ਆਪਣੇ ਜਿਹੜੇ ਵੀ ਪੁਰਾਣੇ ਕਮਿਊਨਿਟੀ ਦੇ ਮੈਂਬਰ ਇੱਥੇ ਆਏ ਸਾਰੇ ਬੈਠੇ ਹਾਂ। ਇੱਦਾਂ ਸਾਰੇ ਰਲ ਮਿਲ ਕੇ ਕਮੇਟੀ ਸਿਲੈਕਟ ਕਰੋ ਜਿਹੜੀ ਗੁਰਦੁਆਰੇ ਦੇ ਵਿੱਚ ਇੰਪਰੂਵਮੈਂਟਾਂ ਕਰ ਸਕੇ, ਰਲ ਮਿਲ ਕੇ ਜੋ ਗੁਰਦੁਆਰੇ ਦੇ ਵਿੱਚ ਚੰਗੇ ਕੰਮ ਕੀਤੇ ਕਰਾਏ ਜਾਣ, ਤਾਂ ਸਾਰੇ ਰਲ ਮਿਲ ਕੇ ਇਹਨਾਂ ਨੂੰ ਜਿਤਾਓ। ਥੈਂਕ ਯੂ। ਛੱਡ ਕਾਗਜ਼ ਕਲਮ ਦਵਾਤਾ ਸ਼ਾਨ ਗਿਮਾਨ ਲਿਵਾਸ ਨਾ ਵਿਕਦੇ ਤੇ ਨਾ ਰੱਬ ਪੁੱਛਦਾ ਜਾਤਾ ਇਸ ਤ੍ਰੈਮਣ ਦੇਹੀ ਦਾ ਕੀ ਧੋਣਾ ਤੂੰ ਇੱਕ ਧੂਲਾ ਟੁਕੜਾ ਦਿਲ ਦਾ ਦੇਹੀ ਧੋਤੇ ਕੁਝ ਲੱਭੇ ਨਾਹੀ ਦਿਲ ਧੋਤਿਆਂ ਰੱਬ ਮਿਲਦਾ ਦਿਲ ਧੋਤਿਆਂ ਰੱਬ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ, ਦਾਸ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ ਖੜ੍ਹਾ ਹੋਇਆ। ਸਾਨੂੰ ਆਪਣੇ ਆਪ ਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ, ਬੱਚਾ ਉੱਠ ਕੇ ਤੁਸੀਂ ਸਾਧ ਸੰਗਤ ਸਲੇਟ ਨੂੰ ਕਾਮਯਾਬ ਕਰੋ। ਇਹ ਨਾ ਸਮਝੋ ਕਿ ਅੱਜ ਸਰਬਜੀਤ ਜਾਂ ਤਜਿੰਦਰ ਜਾਂ ਹੋਰ ਕੱਤੀ ਕੌਣ ਨੇ, ਜੇ ਤੁਸੀਂ ਕਾਮਯਾਬ ਬਣਾਓਗੇ ਤੁਸੀਂ ਸਾਰੇ ਨਾਲ ਹੈ। ਜਿਹੜੇ ਵੀ ਯੂਬਾ ਸਿਟੀ ਦੇ ਕੋਈ ਵੀ ਛੋਟਾ ਵੱਡਾ ਨਹੀਂ, ਇੱਕੋ ਜਿਹੇ ਹਾਂ ਅਸੀਂ। ਸਾਧ ਸੰਗਤ ਸਲੇਟ ਨੂੰ ਕੱਤੀਆਂ ਨੂੰ ਵੋਟਾਂ ਪਾਉਣੀਆਂ, ਜੇ ਸਾਡੇ ਵਿੱਚੋਂ ਇੱਕ ਵੀ ਰਹਿ ਗਿਆ ਤਾਂ ਸਾਡਾ ਪੂਰਾ ਬਾਜੇ ਵੇਲੇ ਕਹਿੰਦੇ ਨਾ 17 ਬਣ ਗਿਆ, ਉਹ ਦੂਜੇ ਕੰਮ ਨਹੀਂ ਚੱਲਣ ਦਿੰਦੇ। ਮੈਂ ਉਮੀਦ ਕਰਦਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਹੋਰ ਫਰਕ ਕਰੋਗੇ। ਜਿਹਦੇ ਵਿੱਚ ਹੈ ਉਹ ਵੀ ਸਾਡੇ ਭਰਾ ਭਤੀਜੇ, ਜਿਹਦੇ ਵਿੱਚ ਬੈਠ ਕੇ ਉਹਨਾਂ ਨੂੰ ਬਹੁਤ ਕਿਹਾ ਅੱਜ ਤਾਈਂ ਵੀ ਬਹਿ ਕੇ ਬਾਲਟੀ 'ਚ ਪਾ ਕੇ ਗੜਵੇ 'ਚ ਪਾ ਕੇ ਉਹਦੇ ਵਿੱਚੋਂ ਪਰਚੀਆਂ ਕੱਢ ਲਈਏ। ਉਹ ਕਹਿੰਦੇ ਜਿਹੜੇ ਅਸੀਂ ਬਣਾ ਲਏ ਸਾਡੇ ਕੋਲ ਹੋਰ ਕੋ ਥੈਹੇ ਨੇ, ਹੋਰ ਅਸੀਂ ਬੰਦਾ ਨਹੀਂ ਪਾ ਸਕਦੇ। ਇੱਕ ਨੂੰ ਔਫਰ ਕਰਦੇ ਸੀਗੇ ਵੀ ਤੇਰਾ ਇੱਕ ਲੈ ਲੈਂਦੇ ਹਾਂ, ਹੋਰ ਥੈ ਨਹੀਂ। ਸਰਬਜੀਤ
जा के गजावर सिंह कुलदीप सिंह ने कहा भी आह गलबात है, कहते जिन्हें पौने पा लाओ थोड़े वास्ते खुला, इन्हें सानू आके दसिया साडे विच भी जुड़त नहीं हुई जिहदे विच असीं इन्हां दे नाल रल के अपना लेख ते नाम दिंदे। जे तुसीं विच आ असीं थोड़े नाल आ, मोहरे हाँ थोड़े, कोई जरूरी नहीं जिहड़ा साडा नाम चाहीदा। नाले विच लोक थोड़े कहिंदे सीगे ਇਹ ਵੀ ਮੋਹਰੇ ਆ ਜਾਊਗਾ ਵੀ ਲੋਕਾਂ ਨੂੰ ਬਣਾਉਣ ਨਹੀਂ ਜਾਣਦੇ। ਇਹ ਕਿਹਾ ਜਾਂਦਾ ਸਰ ਬੈਂਸ ਆਪ ਬਣਨਾ ਚਾਹੁੰਦੇ ਆ। ਅਸੀਂ ਇਹ ਮਿਸਾਲ ਕਾਇਮ ਕਰ ਦਿੱਤੀ ਜਿਹਦੇ ਵਿੱਚ ਮਨੋ ਤਨੋ ਤੁਹਾਡੇ ਨਾਲ ਸੇਵਾ ਕਰਾਵਾਂਗੇ, ਤੁਹਾਡੇ ਨਾਲ ਰਹਾਂਗੇ, ਤੁਹਾਨੂੰ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੋ ਸਾਧ ਸੰਗਤ ਸਲੇਟ ਦੇ ਸੱਦੇ ਦੇ ਉੱਤੇ ਸਾਰੇ ਇੱਥੇ ਪਹੁੰਚੇ ਸਾਡੀ ਸਪੋਰਟ ਕਰਨ ਵਾਸਤੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਜਿੱਦਾਂ ਆਪ ਜੀ ਨੂੰ ਪਤਾ ਕਿ ਆਪਣੇ ਕੋਲ ਹੁਣ ਸਿਰਫ ਇੱਕ ਹਫ਼ਤਾ ਹੀ ਹੈਗਾ, ਸਾਰੇ ਰਲ ਮਿਲ ਕੇ ਜ਼ੋਰ ਮਾਰੋ, ਸਾਧ ਸੰਗਤ ਸਲੇਟ ਨੂੰ ਕਾਮਯਾਬ ਬਣਾਓ। ਸਾਡਾ ਇਹੀ ਕੋਸ਼ਿਸ਼ ਹੋਊਗੀ ਵੀ ਸਾਰੀ ਯੂਨੀਵਰਸਿਟੀ ਸਾਧ ਸੰਗਤ ਨੂੰ ਅਸੀਂ ਇਕੱਠੇ ਰੱਖੀਏ, ਆਪਸ ਵਿੱਚ ਪਾਠ ਨਾ ਪਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ, ਅਤੇ ਇਸ ਕਰਕੇ ਸਾਡੀ ਹੈਲਪ ਜ਼ਰੂਰ ਕਰੋ। ਬਾਕੀ ਇਹ ਆ ਵੀ ਸਾਨੂੰ ਆਪਣੇ ਬਾਰੇ ਦੱਸਣ ਦੀ ਬਜਾਏ ਥੋੜ੍ਹਾ ਜਿਹਾ ਦੂਜੀ ਪਾਰਟੀ ਬਾਰੇ ਵੀ ਦੱਸਣਾ ਚਾਹੀਦਾ ਵੀ ਉਹ ਕੀ ਕਰਦੇ ਆ, ਕੀ ਉਹਨਾਂ ਨੇ ਪਿੱਛੇ ਕੀਤਾ। ਉਹਨਾਂ ਨੂੰ ਦੋ ਵਾਰੀ ਚਾਂਸ ਮਿਲਿਆ ਸੀ ਗੁਰੂ ਘਰ ਸੰਭਾਲਣ ਦਾ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਇੱਕ ਪੈਨੀ ਵੀ ਗੁਰੂ ਘਰ ਵਿੱਚ ਖਰਚੀ ਹੋਏ। ਅਤੇ ਜਿਹੜੇ ਉਹ ਚਾਰ ਗਰੁੱਪ ਇਕੱਠੇ ਹੋਏ ਆ ਉਹਨਾਂ 'ਚੋਂ ਕੁਛ ਤਾਂ ਮੈਂਬਰ ਹੈਗੇ ਆ ਵਾਸ਼ਿੰਗਟਨ ਗੁਰੂ ਘਰ ਦੇ ਅਤੇ ਕੁਛ ਲਾਈਵ ਗੁਰੂ ਘਰ ਦੇ ਆ, ਕਿ ਇਸ ਕਰਕੇ ਉਹਨਾਂ ਨੇ ਇਸ ਗੁਰੂ ਘਰ ਦਾ ਕੁਛ ਸਵਾਰਨਾ ਹੀ ਨਹੀਂ। ਜੇ ਬਣ ਵੀ ਗਏ ਤਾਂ ਉਹ ਤਾਂ ਆਪਣੇ ਗੁਰੂ ਘਰ ਦਾ ਕੁਛ ਕਰਨਗੇ। ਸਾਡੀ ਸਲੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਬੰਦਾ ਜਿਹੜਾ ਇਸ ਗੁਰੂ ਘਰ ਨੂੰ ਸਮਰਪਿਤ ਨਹੀਂ ਗਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਕਿ ਇਸ ਸਲੇਟ ਦੀ ਰਲ ਦੱਬ ਕੇ ਸਹਾਇਤਾ ਕਰੋ, ਵੋਟ ਪਾਓ, ਵੋਟਾਂ ਹੋਰ ਵੀ ਇੱਧਰ ਉੱਧਰ ਮੰਗੋ। ਅਤੇ ਸਾਡੀ ਇਹੀ ਕੋਸ਼ਿਸ਼ ਰਹੂਗੀ ਵੀ ਯੂਥ ਜਿੰਨਾ ਆ ਉਹ ਗੁਰੂ ਘਰ ਨਾਲੋਂ ਕਾਫੀ ਟੁੱਟਦਾ ਜਾਂਦਾ, ਉਹਨੂੰ ਅਸੀਂ ਨਾਲ ਜੋੜੀਏ ਅਤੇ ਸਾਰੀ ਕਮਿਊਨਿਟੀ ਵਿੱਚ ਆਪਸ ਵਿੱਚ ਪਿਆਰ ਰਹੇ। ਫੋਟਾ ਵਾਲਾ ਕੰਮ ਨਾ ਬਰੇ, ਇਹਦੇ ਬਿਲਕੁਲ ਅਸੀਂ ਖਿਲਾਫ ਹਾਂ। ਬਾਕੀ ਇਹ ਵੀ ਅਸੀਂ ਇਹ ਵੀ ਕਹਿੰਦੇ ਹਾਂ ਵੀ ਜੇ 2 ਮਹੀਨੇ ਦੇ ਵਿੱਚ ਅਸੀਂ ਕੋਈ ਗੁਰੂ ਘਰ ਕੰਮ ਨਾ ਚਾਲੂ ਕੀਤਾ ਤਾਂ ਮੈਂ ਆਪਣਾ ਰਿਜ਼ਾਈਨ ਸਭ ਤੋਂ ਪਹਿਲਾਂ ਦਊਂਗਾ। ਇਹ ਸਾਡੀ ਕਮਿਟਮੈਂਟ ਹੈ ਸੰਗਤ ਦੇ ਨਾਲ। ਗਾਂਸ ਕਦੀ ਵੀ ਗੁਰੂ ਘਰ ਦੇ ਇਲੈਕਸ਼ਨ ਦੇ ਵਿੱਚ ਨਹੀਂ ਭਾਗ ਲਵਾਂਗੇ ਜੇ ਅਸੀਂ ਕੋਈ ਐਤਕੀ ਕੁਛ ਨਾ ਕੰਮ ਕਰਕੇ ਗੁਰੂ ਘਰ ਦਾ ਦਿਖਾ ਲਿਆ। ਇੰਨੀ ਕਹਿੰਦਾ ਹੋਇਆ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਥਰੂਮ ਲੇਡੀਜ਼ ਦਾ ਹੀ ਤਾਂ 20 ਬਾਥਰੂਮ ਬੰਦਿਆਂ ਦੇ ਲਈ, ਉਹ 'ਚ ਸ਼ਾਵਰ ਆਪਣੇ ਗੁਰਦੁਆਰੇ ਨੂੰ ਜ਼ਰੂਰਤ ਲੋੜ ਸੀ। ਇਹ ਸਾਡੇ ਨਾਲ ਭਾਈਚਾਰ ਜਿਹੜੇ ਬੋਰਡ ਦੇ ਸਾਡੇ ਮਿੱਤਰ ਦੋਸਤ ਸੀਗੇ ਉਹਨੇ ਇਹ ਟੇਬਲ ਕੀਤੀ ਨੂੰ 18 ਮਹੀਨੇ ਹੋ ਗਏ, ਇਹਦੇ ਬਾਰੇ ਕੋਈ ਸੋਚ ਨਹੀਂ ਮੁੜ ਕੇ ਕੀਤੀ ਵੀ ਅਸੀਂ ਇਹਨੂੰ ਕਰ। ਇਹ ਪਲੈਨ ਜਿਹੜੀ ਗੁਰੂ ਘਰ ਦੀ ਆ ਸਾਡੀ ਕਮੇਟੀ ਨੇ ਸ਼ੁਰੂ ਨਹੀਂ ਕੀਤੀ ਜਿੱਦਣ ਸਾਡੇ ਕੋਲ ਗੁਰਦੁਆਰਾ ਟੇਕ ਓਵਰ ਆ, ਇਹ ਪਲੈਨ ਵੀ ਉਹਨੇ ਸ਼ੁਰੂ ਕੀਤੀ ਸੀ। ਪਰ ਜਦੋਂ ਅਸੀਂ ਪਲੈਨ ਕੰਪਲੀਟ ਕਰ ਦਿੱਤੀ ਸਾਰੀ, ਸਾਰਿਆਂ ਨੇ ਰਲ ਮਿਲ ਕੇ ਇੱਥੇ ਆਪਣੇ ਹਰਮਿੰਦਰ ਆਪਣਾ ਟ੍ਰੈਜਰ ਬੈਠਾ, ਉਹ ਮੁੰਡੇ ਨੇ ਇੰਨੀ ਮਿਹਨਤ ਕੀਤੀ ਇਹ ਪਲੈਨ ਨੂੰ ਅਪਡੇਟ ਕਰ, ਟਾਈਮ ਟੂ ਟਾਈਮ ਛੱਡ ਕੇ ਆਪਣਾ ਗੁਰੂ ਘਰ ਦੇ ਪੈਸੇ ਲਵਾ ਕੇ ਇਹ ਪਲੈਨ ਰੈਡੀ ਟੂ ਗੋ ਪਈ ਆ। ਮੈਂ ਤੁਹਾਨੂੰ ਤਾਂ ਇਹ ਅਪੀਲ ਕਰ ਸਕਦਾ 30 ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਸਕਦਾ, ਬਿਕੋਜ਼ ਆਲਰੇਡੀ ਇਹ ਪਲੈਨ ਸਾਰੀ ਡਨ ਆ। ਸੋ ਇਹਦੇ ਆਹ ਕੰਮ ਆ ਜਿਹੜੇ ਜਿਹੜੇ ਦਿਲਵਾਗ ਅੰਕਲ ਜੀ ਕਹਿ ਕੇ ਗਏ ਆ ਵੀ ਜਦੋਂ ਤੁਹਾਡੇ ਬੋਰਡ ਦੇ ਵਿੱਚ ਆਪਣੇ ਇੱਕ ਤਰ੍ਹਾਂ ਦੇ ਬੰਦੇ ਨਹੀਂ, ਸਾਨੂੰ 2 ਬੰਦਿਆਂ ਨੇ 4.5 ਸਾਲ ਖੂਹ ਦੇ ਵਿੱਚ ਪਾ ਦਿੱਤੇ ਜਿਹੜੇ ਆਪਾਂ 4 ਸਾਲ ਉਹ ਲਾਏ ਆ। ਇਸ ਕਰਕੇ ਨੇ 2 ਬੰਦੇ ਕਦੀ ਇੱਧਰ ਤਾਂ ਕਦੀ ਉੱਧਰ, ਤਾਂ 37 ਨਹੀਂ ਹੋਏ, 37 ਹੋ ਗਏ ਤਾਂ 2 ਪਾਸੇ ਚੱਲ ਗਏ। ਸੋ ਇੰਨਾ ਗੱਲ ਕਹਿੰਦਾ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਵੀਰ ਸੈਨੀ ਸਮਰਾ, ਆਪਣੇ ਤੁਹਾਨੂੰ ਸਾਰੇ ਦੱਸਣ ਦੀ ਕੋਈ ਲੋੜ ਨਹੀਂ, ਸਾਰੇ ਸਨੀ ਨੂੰ ਜਾਣਦੇ ਆ। ਇਸ ਵੇਲੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ, ਇਸ ਵੇਲੇ 10,000 ਟਰੱਕ ਜਿਹਨਾਂ ਦਾ ਚੱਲ ਰਿਹਾ। ਸੋ ਇਹ ਭਰਾ ਸਾਡੇ ਨਾਲ ਖੜ੍ਹੇ, ਸਾਨੂੰ ਕੋਈ ਪਰਵਾਹ ਨਹੀਂ ਕਿਸੇ ਚੀਜ਼ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰੇ ਇੱਥੇ ਜਿੰਨੇ ਮੇਰੇ ਵੀਰ ਬੈਠੇ ਆ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ, ਅਤੇ ਸਰਬਜੀਤ ਭਾਅ ਜੀ ਹੁਣਾਂ ਨੂੰ ਥੈਂਕ ਯੂ ਕਰਦਾ ਜਿਨ੍ਹਾਂ ਨੇ ਇੱਥੇ ਮੈਨੂੰ ਇਨਵਾਈਟ ਕੀਤਾ ਸਟੇਜ ਦੇ ਉੱਤੇ। ਮੇਰੇ ਵੱਲੋਂ ਤਾਂ ਇੱਕੋ ਬੇਨਤੀ ਆ ਜੀ ਬਈ ਆਪਾਂ ਨੂੰ ਇਹ ਮੌਕਾ 5 ਸਾਲਾਂ ਬਾਅਦ ਮਿਲਿਆ, ਸਾਰਿਆਂ ਨੂੰ ਰਲ ਮਿਲ ਕੇ ਆਪਾਂ ਇਸ ਸਲੇਟ ਨੂੰ ਵੋਟ ਪਾ ਕੇ ਕਾਮਯਾਬ ਕਰੀਏ। ਥੈਂਕ ਯੂ। ਸੋ ਹੁਣ ਮੈਂ ਬੇਨਤੀ ਕਰੂੰਗਾ ਬੋਗ ਰੋਡ ਦੇ ਗੁਰੂ ਘਰ ਦੇ
वन ऑफ द पिलर्स हरबंस सिंह पम्मा जी साड़ी सपोर्ट के नाल इतने साढ़े अंकल गुरदेव सिंह भी बैठे आथियाड़ा साहब इधर मोहन सिंह भी पिछे बैठे राय साहब भी बैठे सारी कमेटी आई है ये बोग रोड गुरु घर तो साढ़े नाल हमेशा ही टाइम टू टाइम जो कोई लोड़ आ चाहे पैसे की लोड़ आ चाहे सपोर्ट की लोड़ है साढ़े नाल मुंडे ना मुंडा ला के ये खड़े आ इन्हों का बहुत बहुत धन्यवाद हरबंस सिंह पम्मा जी वाहेगुरू जी का खालसा वाहेगुरू जी की फतेह गुरु प्यारी साध संगत आपां सारे साध संगत दी स्लेट नूं उस नूं कामयाब करन लई अज इकट्ठे होए हाँ अज तो एक महीना पहला भी इत्थे ही इन्हां वीरां ने प्रोग्राम कीता सी उदों भी काफ़ी संगतां सी अज उहदे नालों भी ज़्यादा हन जिन्हां जिहड़े इन्हां ने 31 डायरैक्टर नियुक्त कीते हन जिन्हां ने नाम दसे हन बहुत ही चंगा सु इन्हों का सुझाव है असं चाहते उन्होंने कामयाब करिए कि गुरु घर चंगी तरह चला सकन नाल ही ये बेनती है जो इन्हों का मैनीफेस्टो वो नंबर वन आसी आ कार काम करने हैं उन्होंने कामों असी इन्हों की बहुत ही शलाघा करते हैं कि सारे कार्ज होने चाहिए जिस तरह दिलवाग सिंह दस गया फ्यूनरल हाल की सू बड़ी प्रॉब्लम है नाल ही गुरु घर की भी नाल तीजी मेरी बेनती यह है इन्हां डायरैक्टर कत्तियां नूं हाथ जोड़ के बेनती है भी कट्ठे रहो नहीं तो अपोनेंट तुहाडे इदां दे आ भी उहदी अगे मंग साडे मानयोग सरदार प्रीतम सिंह जी मास्टर जी बैठे आ इन्हां नाल बहुत ही सत्कारयोग जगीर सिंह मास्टर कट्ठे हुंदे सन उहनां नूं उह खिच के लै गए इदां ही उहनां ने होर कई काम कीते गाहां भी नहीं हटणा नहीं इस काम तो सो मेरी बेनती है भी 31 दे 31 डायरैक्टर बन ता कि ये काम निपरे चाड़ सकन नाल ही इन्हों बेनती है जो 31 बनने हैं भी तुम ये ख्याल रखना कि असी कट्ठे हो गए काम चला कई बार काम करता तो कोई बंदा गलती भी कर सकता उन्होंने क्षमा कर देना चाहिए नाल ही मैं एक बेनती होर करनी चाहना साढ़े मानयोग कुलदीप सिंह थियाड़ा तो कुलदीप सिंह अटवाल इन्होंने बड़ा कोशिश की बड़ा जोर लाया एक दिन जी गुरुद्वारे साहब तरबिया ने मैंने कहा भी तुम कहो भी 10-10 बंदे बन जा मैं क्या गलत तो मैं कह सकता तुम भी बड़ी ट्राई की है सूई धागा लैके बैठे सन भी जोड़ दीए पर मैं कैंची बहुत जबरदस्त आ जी बढ़ रही हर रोज़ ही सो मेरी यो बेनती है भी तुम 31 जरूर कट्ठे रहना क्योंकि जेकर तुम कट्ठे ना रहे तो जो अगे हाल हो पिछले साल वह गाह होना बाकी नाल ही साध संगत का सहयोग जरूर लवो साध संगत रख के उन्हों की गलबात मान के प्रोग्राम जिस तरह करने हैं वह करने चाहिए नाल ही मैं एक छोटी जी होर गल करनी चाहना साढ़े मानयोग जोगा सिंह बैठे थियाड़ा साहब इन्हों की बहुत भाईबंदी पाल गिल दे नाल सी पाल दे नाल एक कट्ठे 2-3 साल लंगर दे विच सेवा करते रहे उन्होंने कहा तू थियाड़ा ना रह मैं गिलो उधर है गिलां लै जाणा उन्होंने नाल सो नाल गिलां दे कोल लै गए सो मेरे कहने तो भाव नहीं हमेशा यो ही काम करना कोशिश करो तुम कट्ठे रहो वीरो नाल ही यह बेनती जिदा तुम सारे जने आए हो जिथे जिथे भी तुहाडे कोल वोटा तुहाडे हाथ विच हन जां किसी होर भाईबंद नाल गलबात करके इन्हां नूं कामयाब करो मेरी यही बेनती है वाहेगुरू जी का खालसा वाहेगुरू पहला तो मैं सारिया वीरां दा धन्नवाद करदा इत्थे पहुंचण दा जिन्हें अपना टाइम इदां दे जा के कढ़िया तां बाकी मेरे वालों सरबजीत दा धन्नवाद ये प्रोग्राम इकट्ठा करके सारिया नूं सद्दण लई तां वधिया बनाउण लई अगे जग्गी भाजी उन्हां दा जस पंजाबी वालिआं दा बहुत बहुत धन्नवाद तां मेरी तां इक बेनती है ये भी साध संग स्लेट की सपोर्ट करनी सारिया ने सपोर्ट इदा करनी कलियां वोटा पा लिया वोटा पा के जिता भी आ अपने परिवारों नाल लैके मित्र दोस्तों जिथे तक पहुँच हैगी सारे ने गुरु घर की बेहतर लई ये कम करना पिछों जिन्ना चिर मैनू चेता सरबजीत दे नाल छोटे होंदे कट्ठे पले आ सरबजीत जो कोई भी प्रोमिस कर दे वो पूरा करके हटते आ सिर्फ एक ये आ तो बाकी जिहड़े इहदे नाल 30 होर जुड़े आ साध संग सलेट च वीर मेरे वीर उन्होंने नाल अगे मैं भी कम कर चुका नाल गुरु घर के रह चुका मैनू इन्ना यकीन हैगा कि सारे वधिया दे वधिया काम चलाऊगे तो जिम्मेवारी अपनी समझूगे तो बाकी ये सारे ने सपोर्ट करनी है धन्यवाद सारिया का बहुत बहुत सारिया आई संगतों का बहुत बहुत दिलों धन्यवाद कर लाया जिन्होंने अपना कीमती टाइम कढ के इतने सारे ज्वाइन किया
बाकी सरबजीत सिंह का बहुत बहुत धन्यवाद जी सानू इतने मौका दिता बोलने का। सो मैं तो एको गल कहूँगा भी तुम सारे जानते ही हो जो साडा ग्रुप हैगा साथ संगत स्लेट इनू वोट पा के सारे कामयाब करो। सो बाकी सब कुछ थानू बैंस साहब ने पम्मा साहब ने दस ही दिता है। सो इस दे नाल ही वाहिगुरू जी का खालसा वाहिगुरू जी की फतेह। अज आप जी नू पता ही है कि जिहड़ी सत संगत स्लेट आ इन्हां ने 31 मैंबर जिहड़े खड़े किए ने आपां सारयां ने तन मन ते धन दे नाल इन्हां दी सपोर्ट करनी है और गुरद्वारा साहब दी एक वधिया प्रबंध नू चलाउण वास्ते एक वधिया टीम जिहड़ी आ आपां सरबत संगत नू देणी आ। इहदे विच कोई दो रामा नहीं कि सिख हिस्टरी जदों आपां पढ़दे आ जां सिख धर्म की गल चलदी आ विरोध पहलां तों हुंदा आ ते हुंदा रहना कदी भी विरोधी नू कमजोर नहीं समझना चाहिए। जे आपां गुरु साहिबान की हिस्टरी वल भी निगाह मारीए जे मैं गलत नहीं तो उदों भी बराबर जिहड़ियां धड़े जिहड़े बराबर जिहड़ियां पार्टियां सी उदों भी बराबर खड़दियां रहियां ने। इसलिए सिख धर्म इस चीज़ तो मुक्त नहीं हो सकता। जदों मक्खन शाह लगाना अपनी सुखना लाउण वास्ते बाबे बकाले गया उस वेले नौवें पातशाह श्री गुरु तेग बहादुर जी के मुकाबले पर 22 मंजियां डहियां सी। इसलिए साडा यह चलता ही आना जिहड़े इलैक्शन लड़दे ने उन्हां नूं मेरी तो यही बेनती है कि तुसी सत संगत जिन्ने भी कैंडीडेट आ तुसी तकड़े हो के लड़ाई दिओ गुरु पंथ थोड़े ते मेहर करे तो थोड़ी जित होवे। तो ये जिहड़ी सिखा जिहड़ी गुरद्वारियां दी सेवा संभाल आ ਇਹ ਜਦੋਂ ਸਿੱਖ ਆ ਜਿਹੜਾ ਜਿਹੜਾ ਕੋਈ ਵੀ ਸਿੱਖ ਆ ਉਹ ਜਿਸ ਵੇਲੇ ਵੀ ਅਰਦਾਸ ਕਰਦਾ ਤਾਂ ਅਰਦਾਸ ਦੇ ਵਿੱਚ ਹਮੇਸ਼ਾ ਇਹ ਗੱਲ ਕਹਿੰਦਾ ਕਿ ਸਿੱਖ ਪੰਥ ਤੋਂ ਜਿਹੜੇ ਗੁਰਦੁਆਰਿਆਂ ਗੁਰਧਾਮਾਂ ਨੂੰ ਵਿਛੋੜਿਆ ਗਿਆ ਉਹਦੀ ਸੇਵਾ ਸੰਭਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਸੋ ਸੇਵਾ ਤੁਹਾਡੇ ਹਿੱਸੇ ਆਈ ਆ ਤੁਹਾਡੇ ਹਿੱਸੇ ਆਉਣੀ ਆ ਆਉਂਦੀ ਰਹੀ ਆ ਅਤੇ ਮੈਨੂੰ ਉਮੀਦ ਆ ਕਿ ਤੁਸੀਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪਣੀ ਸੇਵਾ ਨੂੰ ਨਿਭਾਓਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸਲੇਟ ਤੁਹਾਡੀ ਆਪਣੀ ਸਲੇਟ ਆ ਜਿੱਦਾਂ ਸ੍ਰੀ ਜੀ ਸਾਧ ਸੰਗਤ ਦੀ ਸਲੇਟ ਆ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਵਾਰ ਸਾਧ ਸੰਗਤ ਸਲੇਟ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਜਿਹੜੇ ਵੀ ਸਾਡੇ ਵਾਅਦੇ ਤੁਹਾਡੇ ਸਾਡੇ ਮੈਨੀਫੈਸਟ ਦੇ ਵਿੱਚ ਹਨ ਉਹਨਾਂ ਦੇ ਉੱਤੇ ਪੂਰਾ ਉਤਰਾਂਗੇ। ਕਹਿੰਦੇ ਹੁੰਦੇ ਆ ਵੀ ਵਾਅਦੇ ਸਦਾ ਟੁੱਟ ਜਾਂਦੇ ਨੇ, ਕਹਿੰਦੇ ਨੇ ਕੋਸ਼ਿਸ਼ ਅਕਸਰ ਕਾਮਯਾਬ ਹੁੰਦੀ ਹੈ ਵਾਅਦੇ ਅਕਸਰ ਟੁੱਟ ਜਾ ਕਰਦੇ ਹਾਂ। ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਉਹ ਸਾਰੇ ਮੈਨੀਫੈਸਟ ਦੇ ਵਾਅਦੇ ਪੂਰੇ ਕਰਨ ਦੀ ਤਨੋਂ ਮਨੋ ਤਨੋਂ ਕੋਸ਼ਿਸ਼ ਕਰਾਂਗੇ। ਕਿਉਂਕਿ ਜਿਹੜੇ ਪ੍ਰੋਜੈਕਟ ਆ ਨਾ ਉਹ ਅਸੀਂ 31 ਬੰਦੇ ਨਹੀਂ ਪੂਰੇ ਕਰ ਸਕਦੇ, ਉਹ ਤੁਹਾਡੇ ਸਹਿਯੋਗ ਨਾਲ ਹੋਣੇ ਆ। ਗੁਰੂ ਘਰ ਦੀਆਂ ਇਮਾਰਤਾਂ ਤੁਹਾਡੇ ਸਹਿਯੋਗ ਨਾਲ ਬਣਨੀਆਂ, ਤੁਹਾਡੇ ਜਿਹੜੇ ਦਿੱਤੇ ਉੱਤੇ ਅਤੇ ਡਾਲਰ ਦੇ ਨਾਲ ਬਣਨੀਆਂ ਉਹਨੂੰ ਨਾ ਦੇ ਕੋਈ ਅੱਜ ਤੱਕ ਬਣਾ ਸਕਿਆ ਨਾ ਹੋਰ ਇੱਕ ਗੁਰੂ ਘਰਾਂ ਨੂੰ ਸਦਾ ਸਾਹ ਸੰਗਤ ਬਣਾ ਸਕਦੀ ਆ। ਜਿਸ ਤਰ੍ਹਾਂ ਸਾਡੇ ਬੜੇ ਮਾਣਯੋਗ ਸਤਿਕਾਰਯੋਗ ਦਰਬਾਰ ਸਿੰਘ ਜੀ ਬੈਂਸ ਹੋਣਾ ਨੇ ਦੱਸਿਆ ਕਿ ਉਹਨਾਂ ਬਜ਼ੁਰਗਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਗੁਰੂ ਘਰ ਖੜ੍ਹਾ ਕੀਤਾ ਸੀਗਾ ਜਦੋਂ ਕਿ ਸਾਡੇ ਕੋਲ ਬਹੁਤੇ ਸੋਰਸ ਨਹੀਂ ਸੀਗੇ, ਸਾਡੀ ਕੌਮ ਦੇ ਕੋਲ ਜਿੱਦਾਂ ਸਿੱਧੀ ਸੰਗਤ ਦੇ ਕੋਲ ਇੰਨਾ ਪੈਸਾ ਨਹੀਂ ਸੀ, ਪਰ ਉਹਨਾਂ ਬਜ਼ੁਰਗਾਂ ਨੇ ਅੱਜ ਤੋਂ 50 ਸਾਲ ਪਹਿਲਾਂ ਇੰਨਾ ਸੋਹਣਾ ਗੁਰਦੁਆਰਾ ਤੁਹਾਨੂੰ ਬਣਾ ਕੇ ਦਿੱਤਾ, ਪਰ ਉਹ ਤੋਂ ਬਾਅਦ ਅਸੀਂ ਕੀ ਕੀਤਾ? ਇਹਨਾਂ ਚੀਜ਼ਾਂ 'ਤੇ ਸੋਚਣ ਵਿਚਾਰਨ ਦੀ ਲੋੜ ਹੈ। ਕੀ ਕਾਰਨ ਆ ਕਿ ਅੱਜ ਸਾਡਾ ਗੁਰੂ ਘਰ ਸਾਰੇ ਅਮਰੀਕਾ ਦੇ ਗੁਰੂ ਘਰਾਂ ਦੇ ਪਿੱਛੇ ਰਹਿ ਗਿਆ? ਉਹਦਾ ਕਾਰਨ ਸਿਰਫ ਇਹੀ ਆ ਕਿ ਕੁਝ ਬੰਦੇ ਨਹੀਂ ਚਾਹੁੰਦੇ ਕਿ ਗੁਰੂ ਘਰ ਬਣੇ। ਮੈਂ ਤਾਂ ਇਹੀ ਸੋਚਦਾ, ਜਿੰਨੇ ਵੀ ਕਾਰਨ ਮੈਂ ਪਿੱਛੇ 1-2 ਸਾਲ ਵਿੱਚ ਕਮੇਟੀ ਦੇ ਵਿੱਚ ਵੀ ਰਿਹਾ, ਇਹ ਚੀਜ਼ਾਂ ਮਹਿਸੂਸ ਕੀਤੀਆਂ ਅਤੇ ਹੈ ਕੁਝ ਬੰਦੇ ਜਿਹੜੇ ਚਾਹੁੰਦੇ ਨੇ ਕਿ ਗੁਰੂ ਘਰ ਨਹੀਂ ਬਣਨਾ ਚਾਹੁੰਦਾ। ਜਿਸ ਤਰ੍ਹਾਂ ਜਿਹੜਾ ਗੁਰੂ ਘਰ ਦਾ ਪ੍ਰੋਜੈਕਟ ਲੈ ਕੇ ਕਮੇਟੀ ਦੇ ਵਿੱਚ ਬੋਰਡ ਦੇ ਵਿੱਚ ਗਏ ਸੀ, ਇਹ ਪਾਸ ਹੋਣਾ ਚਾਹੀਦਾ, ਹਰ ਬੰਦੇ ਨੂੰ ਉਹਦੇ ਹੱਕ ਦੇ ਵਿੱਚ ਖੜ੍ਹਨਾ ਚਾਹੁੰਦਾ ਸੀ, ਨਾ ਕਿ ਉਹਦੇ ਖਿਲਾਫ
ਪ੍ਰੋਪੋਗੰਡਾ ਕਰਨਾ ਚਾਹੀਦਾ ਸੀ ਜੀ। ਇਹ ਤੇ ਸਪ੍ਰਿੰਕਲਰ ਲੱਗਣੇ ਆ, ਇੱਥੇ ਕੁਛ ਲੱਗਣੇ, ਉਹ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਕਰਕੇ ਗੁੰਮਰਾਹ ਕਰਦੇ ਜਿਨ੍ਹਾਂ ਦਾ ਕੋਈ ਬੇਸ ਨਹੀਂ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ। ਜੇ ਅਸੀਂ ਚਾਹੁੰਦੇ ਹਾਂ ਤੇ ਸਾਡੇ ਜਿਹੜੇ ਬੱਚਿਆਂ ਨੂੰ ਗੁਰੂ ਘਰ ਵਧੀਆ ਮਿਲੇ, ਸਾਡੇ ਬੱਚਿਆਂ ਦੇ ਲਈ ਪੰਜਾਬੀ ਸਕੂਲ ਹੋਵੇ, ਸਾਡੇ ਬੱਚਿਆਂ ਦੇ ਲਈ ਖੇਤਾਂ ਦੇ ਪ੍ਰੋਗਰਾਮ ਦਿੱਤੇ ਜਾਣ, ਸਾਡੇ ਬੱਚਿਆਂ ਦੇ ਸਿੱਖੀ ਦੇ ਕੈਂਪ ਲਗਾਏ ਜਾਣ, ਗੁਰ ਇਤਿਹਾਸ ਨਾਲ ਜੋੜਿਆ ਜਾਵੇ, ਸਾਡੇ ਨੌਜਵਾਨਾਂ ਨੂੰ ਗੁਰੂ ਘਰ ਦੇ ਵਿੱਚ ਲਿਆਉਂਦਾ ਜਾਵੇ। ਉਹਦੇ ਲਈ ਬਹੁਤ ਜ਼ਰੂਰੀ ਆ ਕਿ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਸ ਦੇ ਲਈ ਕਦਮ ਚੁੱਕਣੇ ਪੈਣਗੇ। ਅਸੀਂ ਜੇ 31 ਬੰਦੇ ਚਾਹੀਏ ਵੀ ਤਾਂ ਇਹ ਕੰਮ ਨਹੀਂ ਕਰ ਸਕਦੇ ਤੁਹਾਡੇ ਸਹਿਯੋਗ ਤੋਂ ਬਿਨਾਂ। ਇਹ ਗੁਰੂ ਘਰ ਇਹ ਨਹੀਂ ਭੱਜੇ, ਤੁਸੀਂ ਸਪੋਰਟ ਕਰ ਦਿੱਤੀ, ਸੱਚੇ ਪਾਤਸ਼ਾਹ ਦੀ ਮਿਹਰ ਹੋਈ। ਜੇ ਸਾਧ ਸੰਗਤ ਸਲੇਟ ਗੁਰੂ ਘਰ ਦੀ ਮੈਨੇਜਮੈਂਟ ਦੇ ਵਿੱਚ ਚੱਲ ਵੀ ਜਾਂਦੀ ਆ, ਉਹ ਫਿਰ ਵੀ ਤੁਹਾਡੀ ਸਪੋਰਟ ਤੋਂ ਬਿਨਾਂ ਕੁਛ ਨਹੀਂ ਕਰ ਸਕਦੀ। ਜਿੰਨਾ ਚਿਰ ਤੁਸੀਂ ਸਾਰੇ ਸਾਡਾ ਸਾਥ ਦਿਓਗੇ, ਸਾਰੇ ਕਾਰਜ ਹੋ ਸਕਦੇ ਆ, ਸਾਰੇ ਕੰਮ ਹੋ ਸਕਦੇ ਆ। ਇਹ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਹੈ, ਕੀ ਕਾਰਨ ਹੈ ਸਾਡੇ ਗੁਰੂ ਘਰਾਂ ਵਿੱਚ ਯੂਥ ਕਿਉਂ ਨਹੀਂ ਗਾ? ਕਿਉਂਕਿ ਅਸੀਂ ਜ਼ੋਰ ਹੀ ਦੋ ਚੀਜ਼ਾਂ 'ਤੇ ਲਾ ਤਾ, ਇੱਕ ਲੰਗਰ ਦੇ ਉੱਤੇ ਤਾਂ ਇੱਕ ਰਾਗੀ ਢਾਡੀਆਂ ਨੂੰ ਜਿਹੜਾ ਬਣਦਾ ਸਨਮਾਨ ਨਹੀਂ ਦੇ ਸਕੀ। ਇਹ ਦੋ ਚੀਜ਼ਾਂ ਸਾਨੂੰ ਸਭ ਤੋਂ ਜ਼ਿਆਦਾ ਥੱਲੇ ਲੈ ਗਈਆਂ। ਅਸੀਂ ਕੋਈ ਪ੍ਰੋਗਰਾਮ ਨਹੀਂ ਲਿਖਿਆ ਵੀ ਯੂਥ ਕੀ ਚਾਹੁੰਦਾ, ਉਹ ਕੀ ਸੁਣਨਾ ਚਾਹੁੰਦਾ, ਉਹ ਕੀ ਦੇਖਣਾ ਚਾਹੁੰਦਾ, ਕੀ ਕਾਰਨ ਹੈ ਵੀ ਉਹ ਸਾਡੇ ਗੁਰੂ ਘਰਾਂ ਵਿੱਚ ਕਿਉਂ ਨਹੀਂ ਆਉਂਦਾ? ਸਾਡਾ ਸਿਰਫ ਜ਼ੋਰ ਇਹ ਲੱਗਾ ਰਹਿੰਦਾ ਅਤੇ ਸੰਜੇ ਨੂੰ ਦੀਵਾਨ ਸਾਜਦਾ, ਸਵੇਰੇ 10 ਵਜੇ ਸ਼ੁਰੂ ਕਰੋ, 11:30 ਵਜੇ ਲੰਗਰ ਲਾਓ ਅਤੇ ਘਰ ਨੂੰ ਖਾ ਕੇ ਆ ਜਾਓ। ਉਹਦੇ ਵਿੱਚ ਕੀ ਹੁੰਦਾ, ਜਾਂ ਤਾਂ ਬੱਚੇ ਜਿਹੜੇ 15 ਸਾਲ ਤੋਂ ਛੋਟੀ ਉਮਰ ਦੇ ਆ, ਮਾਵਾਂ ਉਹਨਾਂ ਨੂੰ ਨਾਲ ਲੈ ਆਉਂਦੀਆਂ, ਅਤੇ ਜਾਂ ਸਾਡੇ ਬਜ਼ੁਰਗ ਜਿਹੜੇ 40-50 ਸਾਲ ਤੋਂ ਉੱਪਰ ਆ, ਉਹ ਆ ਜਾਂਦੇ ਆ ਵੀ ਚਲੋ ਐਤਵਾਰ ਨੂੰ ਵਿਹਲਿਆਂ ਜਾਈਏ। ਸਾਡਾ ਜਿਹੜਾ 15 ਸਾਲ ਤੋਂ ਲੈ ਕੇ 40 ਸਾਲ ਤੱਕ ਦਾ ਵਿਚਲਾ ਯੂਥ ਆ, ਉਹ ਕਿੱਥੇ ਆ? ਸਭ ਤੋਂ ਜ਼ਿਆਦਾ ਸਾਡੀ ਗਿਣਤੀ ਜਿਹੜੀ ਆ ਉਹ ਯੂਥ ਦੀ ਆ। ਯੂਥ ਸਾਡੇ ਗੁਰੂ ਘਰਾਂ 'ਚ ਕਿਉਂ ਨਹੀਂ ਆ ਰਿਹਾ? ਇਹ ਚੀਜ਼ਾਂ ਨੂੰ ਸੋਚਣਾ ਪਏਗਾ। ਆ ਯੂਥ ਮੇਰਾ ਖੜਾ, ਕਿੰਨੇ ਮੇਰੇ ਵੀਰ ਖੜੇ ਆ, ਇਹਨਾਂ ਸਾਰਿਆਂ ਦੀ ਲੋੜ ਹੈ। ਜਿੰਨਾ ਚਿਰ ਅਸੀਂ ਇਹਨਾਂ ਨੂੰ ਗੁਰੂ ਘਰਾਂ ਵਿੱਚ ਇਨਵੋਲਵ ਨਹੀਂ ਕਰਾਂਗੇ, ਉਹਨਾਂ ਚਿਰ ਅਸੀਂ ਯੂਥ ਨੂੰ ਗੁਰਦੁਆਰੇ ਨਾਲ ਨਹੀਂ ਜੋੜ ਸਕਦੇ। ਜਿਹੜੀ ਅੱਜ ਜੇ ਮੈਂ 40 ਸਾਲ ਦੀ ਉਮਰ ਹੈ, ਮੇਰੀ 40 ਸਾਲ ਦੀ ਸੋਚ ਰਹਿਣੀ ਆ, ਪਰ ਜਿਹੜੇ 16 ਸਾਲ ਦੇ, 20 ਸਾਲ ਦੇ, 25 ਸਾਲ ਦੇ ਬੱਚੇ ਆ ਨਾ, ਇਹ ਦੱਸ ਸਕਦੇ ਆ ਵੀ ਗੁਰੂ ਘਰਾਂ ਦੇ ਵਿੱਚ ਇਹਨਾਂ ਨੂੰ ਕਿੱਦਾਂ ਸੱਦਿਆ ਜਾਣਾ? ਸਾਨੂੰ ਜ਼ਰੂਰਤ ਹੈ ਇਹਨਾਂ ਸਾਰੇ ਬੱਚਿਆਂ ਨੂੰ, ਇਹਨਾਂ ਨੌਜਵਾਨਾਂ ਨੂੰ ਨਾਲ ਲਿਜਾਣ ਦੀ, ਨਾਲ ਇਹਨਾਂ ਦੀਆਂ ਜੋ ਵੀ ਪਲੈਨਿੰਗ ਆ ਉਹਨਾਂ ਨੂੰ ਸਮਝਣ ਦੀ। ਇਸ ਕਰਕੇ ਮੈਂ ਪੂਰੀ ਸਾਧ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਸਾਧ ਸੰਗਤ ਸਲੇਟ ਨੂੰ ਕਾਮਯਾਬ ਕਰੋ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਯੂਬਾ ਸਿਟੀ ਦੇ ਗੁਰੂ ਘਰ ਦੀਆਂ ਜ਼ਰੂਰਤਾਂ ਆਪਾਂ ਪੂਰੀਆਂ ਕਰ ਸਕੀਏ। ਅਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇੱਥੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਿਊਨਿਟੀ ਨੂੰ ਇਕੱਠੀ ਕਰਨ ਦੇ ਜਿਹੜੇ ਉਪਰਾਲੇ ਆ ਉਹ ਅਸੀਂ ਇਕੱਲਿਆਂ ਨੇ ਨਹੀਂ ਕੀਤੇ, ਤੁਹਾਡੇ ਵਿੱਚ ਉਹ ਸ਼ਖਸੀਅਤਾਂ ਬੈਠੀਆਂ ਜਿਹੜੀਆਂ ਦਿਨ ਰਾਤ ਇਸ ਚੀਜ਼ 'ਤੇ ਵਰਕ ਕੀਤਾ। ਉਹ ਯੂਬਾ ਸਿਟੀ ਦੀ ਧਰਤੀ, ਉਹ ਸਦਰ ਕਾਉਂਟੀ ਜਿਹਦੇ ਵਿੱਚ ਹਰ ਬਿਜ਼ਨਸ ਦੇ ਵਿੱਚ ਪੰਜਾਬੀਆਂ ਨੇ ਬੁਲੰਦੀਆਂ ਨੂੰ ਛੂਹਿਆ, ਯੂਬਾ ਸਿਟੀ ਦੀ ਇੱਕ ਇਗਜ਼ਾਮਪਲ ਰਹੀ ਆ। ਦੂਜਿਆਂ ਦੇਸ਼ਾਂ ਤੋਂ, ਦੂਜੀਆਂ ਸਟੇਟਾਂ ਤੋਂ ਸਿੱਖ ਭਾਈਚਾਰੇ ਨੇ ਨਗਰ ਕੀਰਤਨ 'ਤੇ ਆ ਕੇ, ਹੋਰ ਸਮਿਆਂ ਦੇ ਵਿੱਚ ਆ ਕੇ ਇੱਥੋਂ ਗਰਾਹੀਆਂ ਇਕੱਠੀਆਂ ਕੀਤੀਆਂ। ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਕਿ ਯੂਬਾ ਸਿਟੀ ਤੋਂ ਕਦੇ ਸਾਡੇ ਵੀਰ ਬਾਹਰ ਗਰਾਹੀ ਇਕੱਠੀ ਕਰਨੀ ਗਏ। ਮਹਾਰਾਜ ਨੇ ਇਹਨਾਂ ਨੂੰ ਮਨੋਬਲ, ਪੈਸਾ, ਹਰ ਤਰ੍ਹਾਂ ਦੀ ਸ਼ੋਹਰਤ ਦਿੱਤੀ, ਲੇਕਿਨ ਅਫਸੋਸ ਸਟਾਕਟਨ ਤੋਂ ਬਾਅਦ ਜਦੋਂ ਸਾਡੇ ਬਜ਼ੁਰਗਾਂ ਨੇ ਯੂਬਾ ਸਿਟੀ ਵਿੱਚ ਗੁਰੂ ਘਰ ਦੀ ਉਸਾਰੀ ਕੀਤੀ, ਸਾਨੂੰ ਇਹੋ ਜਿਹੀ ਬਿਲਡਿੰਗ ਦਿੱਤੀ, ਜਦੋਂ 90,000 ਦਾ ਇਕੱਠ ਵੀ ਹੁੰਦਾ ਸੀ ਤਾਂ ਵੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ। ਉਹ ਸਮਾਂ ਸੀ ਜਦੋਂ ਇੱਥੇ ਵਧੀਆ ਲਾਇਬ੍ਰੇਰੀ, ਵਧੀਆ ਪੰਜਾਬੀ ਸਕੂਲ, ਜਦੋਂ ਦੂਜੇ ਗੁਰੂ ਘਰ ਸੋਚ ਹੀ ਨਹੀਂ ਸਕਦੇ ਸੀ ਇਹਨਾਂ ਗੱਲਾਂ ਨੂੰ, ਉਹ ਬਜ਼ੁਰਗਾਂ ਨੇ ਸਾਨੂੰ ਦਿੱਤੀਆਂ। ਉਹ ਕਿਹੜੀ ਨਜ਼ਰ ਲੱਗ ਗਈ ਸਿੱਖ ਧਰਮ ਵਿੱਚ ਵਿਸ਼ਵਾਸ ਕਰਨ ਵਾਲਿਆਂ 'ਤੇ, ਅੱਜ ਅਸੀਂ ਦੁਫਾੜ ਹੋਏ ਬੈਠੇ ਹਾਂ। ਮੈਂ ਸਮਝਦਾ ਜਿੱਥੇ ਜਿੱਥੇ ਵੀ ਗੁਰੂ ਦਾ ਪਿਆਰਾ ਸਾਡੀ ਕਮਿਊਨਿਟੀ ਵੱਸਦੀ ਆ, ਸਾਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ। ਲਾਇਬੋਗ ਦੇ ਵਿੱਚ
90% ਉਹ ਸੰਗਤ ਬਸਦੀ ਹੈ ਜਿਹਨਾਂ ਸਾਡਾ ਨਿੱਜੀ ਪਿਆਰ ਆ, ਸਾਡੀਆਂ ਰਿਸ਼ਤੇਦਾਰੀਆਂ, ਸਾਡਾ ਆਉਣਾ ਜਾਣਾ, ਸਾਡੇ ਬਿਜ਼ਨਸ ਉਹਨਾਂ ਨਾਲ ਇਕੱਠੇ ਆ। ਅੱਜ ਹੋ ਕੀ ਰਿਹਾ, ਲਾਇਬੁੱਕ ਦੇ ਜੋ ਪ੍ਰੋਮੀਨੈਂਟ ਫਾਊਂਡਰ ਜਿਹਨੇ ਲਾਇਬੁੱਕ ਦਾ ਗੁਰੂ ਘਰ ਬਣਾਇਆ, ਉਹ ਲਾਇਬੁੱਕ ਦੀ ਕਮੇਟੀ 'ਚੋਂ ਬਾਹਰ ਬੈਠੇ ਆ। ਦੂਜੇ ਬੰਦਿਆਂ ਨੂੰ 10 ਸਾਲ ਹੋ ਗਏ। ਇਹ ਗੱਲਾਂ ਨੂੰ ਰਿਕਾਰਡ ਕਰਿਓ, ਜਿਹਨੂੰ ਮਰਜ਼ੀ ਸੁਣਾ ਦਿਓ। ਮੇਰੀ ਹੱਥ ਬੰਨ ਕੇ ਬੇਨਤੀ ਆ, ਜਿਨ੍ਹੀਂ ਬੰਦਿਆਂ ਨੇ ਗੁਰੂ ਘਰ ਬਣਾਇਆ ਉਹ ਬਾਹਰ ਬੈਠੇ ਆ, ਧਾਮੀ ਪਰਿਵਾਰ, ਕਾਲਕਟ ਪਰਿਵਾਰ, ਰਾਏ ਪਰਿਵਾਰ, ਸ਼ਾਹੀ ਪਰਿਵਾਰ, ਸਾਡੇ ਜੰਗ ਵੀਰ ਬੈਠੇ ਆ। 10 ਸਾਲ ਹੋ ਗਏ ਲਾਇਬੁੱਕ ਇਲੈਕਸ਼ਨ ਨਹੀਂ ਹੋਈ। ਉਹ ਪੰਜਾਬੀਆਂ ਦੀ ਬਹੁਤ ਸਿਰੋਂ ਗੰਜੀ ਹੱਥ ਕੰਘੀਆਂ ਦਾ ਜੋੜਾ। ਅਸੀਂ ਜੁੰਬਾ ਸਿੰਘ ਆ ਕੇ ਕਹਿੰਦੇ ਹਾਂ ਵੀ ਇੱਥੇ ਤੁਹਾਡਾ ਕੰਮ ਤੁਹਾਨੂੰ ਵਧੀਆ ਚਲਾ ਕੇ ਦਿਖਾਉਣਾ। ਮੈਂ ਸਮਝਦਾ ਲਾਇਬੁੱਕ ਦੇ ਪ੍ਰਬੰਧਕ ਉਹ ਜੁੰਬਾ ਸਿੰਘ ਆਉਣ ਗੁਰੂ ਘਰ, ਅਸੀਂ ਉਹਨਾਂ ਨੂੰ ਨਮਸਕਾਰ ਕਰੀਏ, ਉਹਨਾਂ ਨੂੰ ਬਣਦਾ ਮਾਣ ਦੇਈਏ, ਟਾਈਮ ਟਾਈਮ 'ਤੇ ਸਰੋਪਾ ਵੀ ਦੇਈਏ। ਜਦੋਂ ਅਸੀਂ ਉੱਥੇ ਜਾਈਏ ਉਹ ਵੀ ਸਾਡਾ ਇੱਜ਼ਤ ਮਾਣ ਇਸੇ ਤਰ੍ਹਾਂ ਕਰਨ। ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਆਓ ਰਲ ਕੇ ਇਸ ਗੁਰੂ ਘਰ ਨੂੰ ਸਾਧ ਸੰਗਤ ਸਲੇਹ ਦੇ ਥੱਲੇ ਚੋਣ ਜਿੱਤੀਏ। ਜਿਹੜੇ ਤੁਸੀਂ ਬੈਠੇ ਤੁਸੀਂ ਡਾਇਰੈਕਟਰ ਹੀ ਆ, ਤੁਹਾਡੇ ਪੁੱਛੇ ਤੋਂ ਬਿਨਾਂ ਗੁਰੂ ਘਰ ਕੋਈ ਕੰਮ ਨਹੀਂ ਕਰਾਂਗੇ। ਰਲ ਮਿਲ ਕੇ 6-7 ਦਿਨ ਹੈਗੇ ਆ, ਜ਼ੋਰ ਮਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਦੂਜਾ ਗਰੁੱਪ ਹੈਗਾ ਆ, ਉਹਨਾਂ ਨੂੰ ਅਸੀਂ ਆਲਰੇਡੀ ਦੇਖ ਲਿਆ ਆ। ਉਹ ਕਿੰਨੇ ਸਾਲ ਲਾ ਕੇ ਗਏ ਆ, ਉਹਨਾਂ ਨੇ ਗੁਰੂ ਘਰ ਦੇ ਵਿੱਚ ਕੀ ਕੀਤਾ। ਸਾਡੀ ਇੱਕ ਜਿਹੜੀ ਹੈਗੀ ਆ ਉਮੀਦ ਆ, ਉਹ ਇਸ ਕਮੇਟੀ ਦੇ ਉੱਤੇ ਹੈਗੀ ਆ ਕਿ ਸਾਧ ਸੰਗਤ ਕਮੇਟੀ ਜਿਹੜੀ ਆ ਕੁਛ ਨਾ ਕੁਛ ਕਰੇ। ਜਿਹੜੇ ਵੀ ਬੰਦੇ ਬਾਹਰੋਂ ਆਉਂਦੇ ਆ, ਲੋਹੜਾਈ ਤੋਂ ਆਉਂਦੇ ਆ, ਕੁਛ ਬੰਦੇ ਦੇ ਮੈਨੂੰ ਵੀ ਕਾਲ ਆਈ ਆ, ਸਾਡੀ ਆਈਡੀ ਇੱਥੇ ਬਣਾਓ, ਸਾਡੀਆਂ ਵੋਟਾਂ ਬਣਾਓ। ਮੈਂ ਕਿਹਾ ਭਰਾਵਾ, ਸਾਡਾ ਗੰਦ ਅੱਗੇ ਇੱਥੇ ਨਹੀਂ ਮੁੱਕਦਾ, ਅਤੇ ਅਸੀਂ ਹੋਰ ਨਹੀਂ ਪਾਉਣਾ ਕਿ ਤੁਸੀਂ ਆਪਣੀ ਲੜਾਈ ਉੱਥੇ ਰੱਖੋ। ਇਸ ਕਰਕੇ ਸਾਨੂੰ ਸਾਰੇ ਵੀਰਾਂ ਨੂੰ ਇਹ ਸੋਚਣਾ ਪੈਣਾ ਕਿ ਗੁਰੂ ਘਰ ਦੇ ਵਿੱਚ ਅਸੀਂ ਜਾਣਾ, ਸਾਡੇ ਬੱਚਿਆਂ ਨੇ ਜਾਣਾ, ਸਾਡੇ ਭਤੀਜੇ ਭਰਾਵਾਂ ਨੇ ਜਾਣਾ ਆ। ਸਾਨੂੰ ਇਹਨੂੰ ਸਾਫ਼ ਕਰਨਾ ਚਾਹੀਦਾ ਅਤੇ ਕਰਨਾ ਪੈਣਾ ਆ। ਇਸ ਕਰਕੇ ਸਾਨੂੰ ਇੱਕਜੁੱਟ ਹੋਣਾ ਪੈਣਾ ਆ, ਅਤੇ ਜਿਹੜੇ ਬਾਹਰਲੇ ਆ ਰਹੇ ਆ ਉਹਨਾਂ ਵੱਲ ਦੇਖ ਕੇ, ਉਹਨਾਂ ਨੂੰ ਮੱਥਾ ਟੇਕੀਏ, ਉਹਨਾਂ ਨੂੰ ਜੀਆਂ ਦੂਰੋਂ ਕਹਿ ਕੇ। ਜਿੱਦਾਂ ਕਹਿੰਦੇ ਇਹਨਾਂ ਨਾਲ ਕੋਈ ਚੰਗਾ ਸਾਧ ਹੋਵੇ ਤਾਂ ਉਹਨੂੰ ਦੂਰੋਂ ਰਾਹ ਛੱਡ ਦਿਓ ਮੱਥਾ ਟੇਕ ਕੇ। ਇੱਦਾਂ ਇਹਨਾਂ ਨੂੰ ਜੀਆਂ ਕਹੋ, ਇਹਨਾਂ ਨੂੰ ਸੱਦੋ, ਇਹਨਾਂ ਦਾ ਸਤਿਕਾਰ ਕਰੋ, ਪਰ ਇਹਨਾਂ ਨੂੰ ਮੱਥਾ ਟੇਕਣਾ ਪੈਣਾ। ਆਪਾਂ ਨੂੰ ਇਹ ਆਪਾਂ ਨੂੰ ਸਹੁੰ ਹੀ ਖਾਣੀ ਪੈਣੀ ਆ ਜੀ, ਕਿ ਜਿਹੜੇ ਬਾਹਰੋਂ ਬੰਦੇ ਆ ਕੇ ਸ਼ਰਾਰਤੀ ਕਰ ਰਹੇ ਆ ਇਹਨਾਂ ਨੂੰ ਬਾਹਰ ਕੱਢੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਸੀਨੀਅਰ ਬੰਦੇ ਬੋਲ ਗਏ ਆ। ਬਾਕੀ ਇੱਕ ਗੱਲ ਭਾਈ ਸਾਹਿਬ ਨੇ ਕੀਤੀ ਸੀਗੀ ਵੀ ਪਿਛਲੀ ਵਾਰ ਵੀ ਸਾਰਿਆਂ ਦੀ ਇੱਕ ਪਾਸਿਓਂ ਕਮੇਟੀ ਬਣੀ ਸੀ, ਪਰ ਇਹਨਾਂ ਦੇ ਵਿੱਚ ਫੁੱਟ ਬੜੀ ਛੇਤੀ ਪੈਂਦੀ ਆ। ਸੋ ਮੇਰੇ ਵੀਰ ਜੇ ਜਿੰਨੇ ਵੀ ਡਾਇਰੈਕਟਰ 31 ਦੇ 31 ਬਣਦੇ ਆ, ਉਹ ਇਕੱਠੇ ਰਹਿ ਕੇ ਜਿੰਨੇ ਵੀ ਪ੍ਰੋਜੈਕਟ ਉਲੀਕੇ ਹੋਏ ਆ ਤਾਂ ਕਿ ਪੂਰੇ ਹੋ ਸਕਣ। ਬਾਕੀ ਰਹੀ ਗੱਲ ਬਾਹਰਲਿਆਂ ਦੀ, ਫਿਰ ਕਮਜ਼ੋਰੀ ਜੁੱਬਾ ਸਿਟੀ ਵਾਲਿਆਂ ਦੀ ਆ। ਜੇ ਉਹ ਬਾਹਰ ਲਿਆ ਕੇ ਇੱਥੇ ਆਪਣੀਆਂ ਵੋਟਾਂ ਬਣਾਉਂਦੇ ਆ ਜਾਂ ਉਹ ਡਾਇਰੈਕਟਰ ਬਣਦੇ ਆ, ਇਹ ਤੁਸਾਂ ਨੇ ਸੋਚਣਾ ਆ। ਅਤੇ ਬਾਕੀ ਦਿਲਬਾਗ ਸਿੰਘ ਹੁਣੀ, ਹਰਬੰਸ ਸਿੰਘ ਪੰਮੇ ਹੁਣੀ ਸਾਰੀਆਂ ਗੱਲਾਂ ਤੁਹਾਨੂੰ ਦੱਸ ਗਏ ਆ, ਅਤੇ ਸਾਰੇ ਹੀ 31 ਵੀਰਾਂ ਨੂੰ ਆਪੋ ਆਪਣੀਆਂ ਵੋਟਾਂ ਪਾ ਕੇ ਜਿਹੜੇ 4 ਦਿਨ ਹੈਗੇ ਆ ਜ਼ੋਰ ਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਖਾਲਸਾ ਜੀ, ਸਰਦਾਰ ਦਿਲਬਾਗ ਸਿੰਘ ਅਤੇ ਹਰਬੰਸ ਸਿੰਘ ਪੰਮਾ ਨੇ ਸਾਰੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ, ਇਹਨਾਂ 'ਤੇ ਅਮਲ ਕਰਨਾ ਹੁਣ ਤੁਹਾਡਾ ਫਰਜ਼ ਬਣਦਾ। ਮੈਂ ਤਾਂ ਇਹੀ ਬੇਨਤੀ ਕਰਦਾ ਵੀ ਸਾਧ ਸੰਗਤ ਸਲੇਟ ਨੂੰ ਕਾਮਯਾਬ ਕਰੋ। ਇਹਦੇ ਵਿੱਚ ਤੁਹਾਡੀ ਆਪਣੀ ਕਾਮਯਾਬੀ ਹੈ, ਅਤੇ ਗੁਰਦੁਆਰੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਦਾ ਇਹਨਾਂ ਨੂੰ ਮੌਕਾ ਦਿਓ। ਇੰਨਾ ਹੀ ਕਹਿੰਦਾ ਖਿਮਾ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ ਟੀ ਵੀ ਦੇ ਸਰੋਤੇ ਜਿੰਨੇ ਬੈਠੇ ਘਰਾਂ ਦੇ ਵਿੱਚ, ਯੂਬਾ ਸਿਟੀ ਦੇ ਵਿੱਚ, ਸਟਰ ਕਾਉਂਟੀ ਦੇ ਵਿੱਚ, ਆਪਣੇ ਲਾਈਵ ਵਰਕ ਦੇ ਵਿੱਚ, ਮੈਰਿਜਵੈਲ ਯੂ ਵਿੱਚ, ਜਿੰਨੇ ਵੀ ਸਾਰੇ ਆਪਣੇ ਟੀ ਵੀ ਨੂੰ ਦੇਖ ਰਹੇ ਆ ਜਾਂ ਕਿਸੇ ਤਰ੍ਹਾਂ ਇਹ ਮੈਸੇਜ ਯੂਟਿਊਬ ਦੇ ਉੱਤੇ ਦੇਖ ਰਹੇ ਹੋ,
उन्होंने सारा के हाथ जोड़ के बेनती साध संगत स्लेट की सपोर्ट करो जी 15-16 तरीक न तेरह बजे गुरु घर के 7 बजे तो लग के 9 बजे तो लग के 7 बजे तक टिकाणा ताई सैटरडे संडे में वोटा पै रही उत्थे COVID-19 की पूरी प्रोटैक्शन आ 6 फुट के फैसले के नाल तुहानू कोई चीज़ किसी तरह की डरन की लोड़ नहीं तो उत्थे इस वेले जी मैनेजमेंट आ वो इलैक्शन करा रही आ सारा सेफ जोन आ तो किसी तरह की भी न्याणे जिन्हें अपने 18 ईयर ओल्ड वाले सारे सारे पहुँचो वाहेगुरु जी का खालसा वाहेगुरु जी की फतह श्री अकाल वाहेगुरु जी की फतह।